ਜਿਵੇਂ ਟਰੈਕਟਰ ਸਲਿੱਪ ਮਾਰਦਾ ਹੈ, ਜਿਵੇਂ ਟਰੈਕਟਰ ਸਲਿੱਪ ਮਾਰਦਾ ਪਿੱਛੋਂ ਨੀਵਾਂ ਹੁੰਦਾ, ਟਾਪ ਲਿੰਕ ਝਟਕਾ ਮਾਰਦੀ ਹੈ, ਲਿਫਟ ਆਪੇ ਆਟੋਮੈਟਿਕ ਕੰਮ ਕਰਦੀ ਹੈ। ਤੁਸੀਂ ਦੇਖੋ ਅਰੇ ਕੰਮ ਥੱਲੇ ਪਾ ਲੈਂਦੇ ਹੈ, ਇੱਧਰੋਂ ਵੀ ਤਿੰਨ ਸੁਰਾਖ ਦਿੱਤੇ ਹੁੰਦੇ, ਇੱਧਰੋਂ ਵੀ ਥੱਲੇ ਪਾ ਦਿੰਦੇ ਤੇ ਟਰੈਕਟਰ ਕੰਟਰੋਲ ਜਮਾਂ ਹੀ ਨਹੀਂ ਕਰਦਾ। HP ਤੋਂ ਉੱਤੇ ਜਿਵੇਂ 3602 ਤੋਂ ਲੈ ਕੇ ਉੱਤੇ ਟਰੈਕਟਰ ਹੈ, ਉਹਨਾਂ ਦੀ ਟਾਪ ਲਿੰਕ ਉੱਤੇ ਪਊਗੀ, ਬਾਕੀ ਜਿਹੜੇ ਹੋਲੈਂਡ ਦੇ ਟਰੈਕਟਰ ਉਹਨਾਂ ਦੀ ਟਾਪ ਲਿੰਕ ਪਊਗੀ ਥੱਲੇ ਬਜਾਏ HP ਤੋਂ ਥੱਲੇ। ਟਾਪ ਲਿੰਕ ਹੁਣ ਜਿਵੇਂ ਅੱਗੇ ਨੂੰ ਝੁਕਦੀ ਹੈ ਨਾ, ਕਈ ਵਾਰੀ ਕੀ ਹੁੰਦਾ ਪੁੱਛਣ ਲੱਗ ਜਾਂਦੇ ਵੀ ਇਹਦੀ ਜਿਹੜੀ ਘੋੜੀ ਹੈ ਕਿੰਨੇ ਇੰਚ ਹੋਣੀ ਚਾਹੀਦੀ ਹੈ। ਇੱਥੇ ਇੱਕ ਵੇਜ ਲੋਕ ਦਿੱਤਾ ਹੋਇਆ, ਕੈਮਰਾ ਜ਼ੂਮ ਕਰਕੇ ਦਿਖਾ ਦਿੰਦਾ। ਸਭ ਤੋਂ ਜ਼ਰੂਰੀ ਪੁਆਇੰਟ ਆਹ ਵੇਜ ਲੋਕ ਦਿੱਤਾ ਹੋਇਆ, ਇਹਨੂੰ ਜ਼ਮੀਨ ਤੋਂ ਚੱਕਣੀ ਹੈ 1 ਫੁੱਟ ਜਾਂ 1.5 ਫੁੱਟ ਲਾਸਟ, ਅਤੇ ਉਹਦੇ ਲਈ ਇੱਕ ਪਿੱਛੇ ਬਟਨ ਦਿੱਤਾ ਹੋਇਆ। ਆਹ ਬਟਨ ਦਿੱਤਾ ਹੋਇਆ। ਹਾਂਜੀ ਵੀਰੋ, ਆਪਾਂ ਪਹੁੰਚ ਚੁੱਕੇ ਹਾਂ, ਹੁਣ ਤੁਹਾਨੂੰ ਦੱਸਦੇ ਹਾਂ ਲਿਫਟ ਕੰਟਰੋਲ ਦੇ ਬਾਰੇ। ਕੁਛ ਦਿਨ ਪਹਿਲਾਂ ਮੈਂ ਇੰਸਟਾ 'ਤੇ ਵੀਡੀਓ ਪਾਈ ਸੀ ਜਿਹੜਾ ਕੰਟਰੋਲ ਕਰਕੇ 3602 ਆਪੇ ਟਰੈਕਟਰ ਚੱਲਦਾ, ਅਤੇ ਉਹਦੇ ਬਾਰੇ ਬਹੁਤ ਵੀਰ ਪੁੱਛ ਰਹੇ ਸੀ ਵੀ ਸਾਡਾ ਟਰੈਕਟਰ ਨਹੀਂ ਚੱਲਦਾ, ਕੀ ਲਿਫਟ ਦੀ ਸੈਟਿੰਗ ਹੈ। ਆਪਾਂ ਤੋਤੇ ਪਾ ਰੱਖਿਆ, ਬਿਲਕੁਲ ਨਿਊ ਟਰੈਕਟਰ ਹੈ, ਔਰ ਸਾਰੇ ਟਾਇਰ ਹਵਾ ਟਾਪਲਿੰਗ ਕਿੱਥੇ ਪਾਉਣੀ ਹੈ, ਕੀ ਕੰਟਰੋਲ ਹੈ, ਕਿਵੇਂ ਪਾਉਣਾ, ਤੁਹਾਨੂੰ ਚਲਾ ਕੇ ਦਿਖਾਵਾਂਗੇ। ਔਰ ਪਹਿਲਾਂ ਤੁਹਾਨੂੰ ਦੱਸਦੇ ਵੀ ਕਿਵੇਂ ਟਾਪਲਿੰਕ ਔਰ ਕੀ ਕੁਛ ਕਰਨਾ ਹੈਗਾ। ਸਭ ਤੋਂ ਪਹਿਲਾਂ ਜਿਵੇਂ ਤੋਤੇ ਆਪਾਂ ਜੋੜ ਲਏ ਜਾਂ ਕਲਟੀਵੇਟਰ ਜੋੜ ਲਏ, ਕੋਈ ਵੀ ਚੀਜ਼ ਜੋੜ ਲਈ, ਟਾਪ ਲਿੰਕ ਇੰਪਲੀਮੈਂਟ ਕਰਨੀ ਉਹ ਵੀ ਜਿਵੇਂ ਤੋਤੇ ਜਾਂ ਹਲ ਹੈ ਫੁੱਲ ਉੱਤੇ ਪਾ ਕੇ ਰੱਖਣੀ ਹੈ। ਔਰ 50 HP ਤੋਂ ਜਿਹੜੇ ਉੱਤੇ ਟਰੈਕਟਰ ਹੈ ਹੋਲੈਂਡ ਦੇ, ਉਹਨਾਂ ਦੇ ਵੀ ਟਾਪ ਲਿੰਕ ਫੁੱਲ ਉੱਤੇ ਪਊਗੀ। ਕਈ ਵਾਰੀ ਕੀ ਹੁੰਦਾ ਆਪਾਂ ਟਾਪ ਲਿੰਕ ਥੱਲੇ ਪਾ ਲੈਂਦੇ ਹਾਂ, ਇੱਧਰੋਂ ਵੀ 3 ਸੁਰਾਖ ਦਿੱਤੇ ਹੁੰਦੇ, ਇੱਧਰੋਂ ਵੀ ਥੱਲੇ ਪਾ ਦਿੰਦੇ ਤਾਂ ਟਰੈਕਟਰ ਕੰਟਰੋਲ ਜਮਾਂ ਹੀ ਨਹੀਂ ਕਰਦਾ। 50 HP ਤੋਂ ਉੱਤੇ ਜਿਵੇਂ 3602 ਤੋਂ ਲੈ ਕੇ ਉੱਤੇ ਟਰੈਕਟਰ ਹੈ, ਉਹਨਾਂ ਦੀ ਟਾਪ ਲਿੰਕ ਉੱਤੇ ਪਊਗੀ, ਬਾਕੀ ਜਿਹੜੇ ਹੋਲੈਂਡ ਦੇ ਟਰੈਕਟਰ ਉਹਨਾਂ ਦੀ ਟਾਪ ਲਿੰਕ ਪਊਗੀ ਥੱਲੇ 50 HP ਤੋਂ ਥੱਲੇ। ਟਾਪ ਲਿੰਕ ਹੁਣ ਜਿਵੇਂ ਅੱਗੇ ਨੂੰ ਝੁਕਦੀ ਹੈ ਨਾ, ਕਈ ਵਾਰੀ ਕੀ ਹੁੰਦਾ ਪੁੱਛਣ ਲੱਗ ਜਾਂਦੇ ਵੀ ਇਹਦੀ ਜਿਹੜੀ ਘੋੜੀ ਹੈ ਕਿੰਨੇ ਇੰਚ ਹੋਣੀ ਚਾਹੀਦੀ ਹੈ, ਥੱਲੋਂ ਕਿੰਨੀ ਇੰਚ ਕੀ ਕੁਛ ਹੈ। ਤੁਹਾਨੂੰ ਜੱਟੂ ਹਿਸਾਬ ਨਾਲ ਦੱਸ ਦਿੰਦਾ ਕਿ ਟਾਪ ਲਿੰਕ ਅੱਗੇ ਨੂੰ ਝੁਕਦੀ ਹੋਣੀ ਚਾਹੀਦੀ ਹੈ, ਆਹ ਘੋੜੀ ਤੋਂ ਲੈ ਕੇ ਟਰੈਕਟਰ ਕਿੰਨੀਆਂ ਇਹ ਨੀਵੀਂ ਹੋਣੀ ਚਾਹੀਦੀ ਹੈ। ਇੰਚਾਂ ਉੱਚਾਂ ਦਾ ਤਾਂ ਆਪਾਂ ਹਿਸਾਬ ਰੱਖਿਆ ਨਹੀਂ, ਸਿੱਧਾ ਜੱਟੂ ਹਿਸਾਬ ਹੈ ਕਿ ਟਾਪ ਲਿੰਕ ਟਰੈਕਟਰ ਕਿੰਨੀ ਝੁਕਦੀ ਹੋਣੀ ਚਾਹੀਦੀ ਹੈ। ਫਿਰ ਇਹਦੇ ਕੀ ਹੈ, ਇੱਥੇ ਇੱਕ ਵੇਜ ਲੋਕ ਦਿੱਤਾ ਹੋਇਆ, ਕੈਮਰਾ ਜ਼ੂਮ ਕਰਕੇ ਦਿਖਾ ਦਿੰਦਾ। ਸਭ ਤੋਂ ਜ਼ਰੂਰੀ ਪੁਆਇੰਟ ਆਹ ਵੇਜ ਲੋਕ ਦਿੱਤਾ ਹੋਇਆ, ਇਹਨੂੰ ਵੇਜ ਲੋਕ ਕਹਿੰਦੇ ਆ। ਜਦੋਂ ਇਹ ਇਹਦੇ ਵਿੱਚ ਫਸ ਜਾਂਦਾ ਪੱਟੇ ਦੇ, ਹੁਣ ਆਪਾਂ ਲੋਕ ਕੱਢਤਾ, ਜੇ ਲਿਫਟ ਚੱਕਾਂਗੇ ਆਹ ਚਿੜੀ ਨਾ ਇਹਦੇ ਵਿੱਚ ਫਸ ਜੂਗੀ, ਆਹ ਇੱਟ ਜੀ ਇਹਦੇ ਵਿੱਚ ਫਸ ਜੂਗੀ, ਅਤੇ ਜਦੋਂ ਇਹਦੇ ਵਿੱਚ ਫਸ ਗਈ ਤਾਂ ਟਰੈਕਟਰ ਕੰਟਰੋਲ ਜਮਾਂ ਨਹੀਂ ਕਰਦਾ। ਕੰਟਰੋਲ ਤਾਂ ਬਸ ਐਂ ਮੰਨੋ ਵੀ ਆਪਾਂ ਨੂੰ ਐਂ ਲੱਗਦਾ ਵੀ ਕਿਹੜੇ 'ਤੇ ਬਹਿ ਗਏ ਆਪਾਂ, ਅਤੇ ਇਸ ਨੂੰ ਜਦੋਂ ਵਿੱਚ ਫਸ ਗਏ ਇੱਥੇ ਚੋਟ ਮਾਰ ਕੇ ਇਹਨੂੰ ਕੱਢ ਕੇ ਇਹਦੇ ਨਾਲ ਆਪਾਂ ਲੋਕ ਕਰ ਦੇਣੀ ਹੈ। ਆਹ ਚਿੜੀ ਇਹਦੇ ਵਿੱਚ ਫਸਣੀ ਨਹੀਂ ਚਾਹੀਦੀ, ਕਿਉਂਕਿ ਆਹ ਜਦੋਂ ਪਟਾ ਇਹਨੂੰ ਝਟਕਾ ਮਾਰੂਗਾ, ਆਹ ਨਟ ਅੰਦਰ ਸੈਂਸਿੰਗ ਕਰੂਗਾ, ਤਾਂ ਟਰੈਕਟਰ ਆਪੇ ਆਟੋਮੈਟਿਕ ਲਿਫਟ ਕੰਟਰੋਲ ਕਰੂਗਾ। ਠੀਕ ਹੈ ਜੀ, ਫਿਰ ਤੋਤੇ ਆਪਾਂ ਫਿਕਸ ਨਹੀਂ ਰੱਖਣੇ ਗੇ, ਇਹਨਾਂ 'ਚ ਪਲੇ ਪਾ ਕੇ ਰੱਖਣੀ ਹੈ ਵੀ ਟਾਇਰਾਂ ਨਾਲ ਨਾ ਲਿੰਕਾਂ ਵੱਜਣ, ਇੱਧਰੋਂ ਵੀ 3 ਉਂਗਲਾਂ ਦੂਰ ਰਹਿਣ, ਉੱਧਰੋਂ ਵੀ ਤੋਤੇ ਹਿੱਲਣੇ ਚਾਹੀਦੇ ਕਿ ਟਰੈਕਟਰ ਜਮ੍ਹਾਂ ਸਿੱਧਾ ਜਾਵੇ ਆਪਣਾ। ਠੀਕ ਹੈ, ਉਸ ਤੋਂ ਬਾਅਦ ਅੱਗੇ ਚਲਾਉਣਾ ਕਿਵੇਂ ਹੈ, ਅੱਗੇ ਆ ਜਾਓ। ਹੁਣ ਕਈ ਬੰਦੇ ਵਾਹੁੰਦੇ ਆ ਇਹਨੂੰ ਪੀਲੇ ਲੀਵਰ ਨਾਲ, ਪੀਲੇ ਲੀਵਰ ਨਾਲ ਸਾਰਾ ਦਿਨ ਐਵੇਂ ਕਰੀ ਰੱਖਣਗੇ, ਇਹਦੇ ਨਾਲ ਆਪਾਂ ਟਰੈਕਟਰ ਨਹੀਂ ਚਲਾਉਣਾ ਹੁੰਦਾ। ਇਹਨੂੰ ਕਰ ਦੇਣਾ ਜਮ੍ਹਾਂ ਥੱਲੇ, ਲਾਲ ਲੀਵਰ ਨੂੰ ਜਿੱਥੇ ਆਪਣਾ ਟਰੈਕਟਰ ਸਹੀ ਚੱਲੇ, 10 'ਤੇ ਕੰਮ ਕਰੇ ਜਾਂ 11 'ਤੇ ਕਰੇ, ਕਿਸੇ ਦਾ 12 'ਤੇ ਵੀ ਕਰਦਾ ਹੋਊ, ਕਿਸੇ ਦਾ 7-8 'ਤੇ ਵੀ ਕਰਦਾ ਹੋਊ, ਉੱਥੇ ਕਰਕੇ ਇਹਨੂੰ ਛੱਡ ਦੇਣਾ, ਟਰੈਕਟਰ ਆਪਣਾ ਜਮ੍ਹਾਂ ਸਹੀ ਚੱਲੂਗਾ ਫਰੇਮ ਲਾ ਕੇ। ਉਸ ਤੋਂ ਬਾਅਦ ਸਿਰੇ 'ਤੇ ਜਾ ਕੇ ਇਹਦੇ ਨਾਲ ਲਿਫਟ ਚੱਕ ਦੇਣੀ ਹੈ, ਇਹਦੇ ਨਾਲ ਹੀ ਆਪਾਂ ਸਿੱਟ ਦੇਣੀ ਹੈ, ਇਹਨੂੰ ਨਹੀਂ ਛੇੜਨਾ। ਅਗਲੇ ਤੋਂ ਆਪਾਂ ਨਹੀਂ ਕੰਮ ਲੈਣਾ, ਆਟੋਮੈਟਿਕ ਬਟਨ ਤੋਂ ਲਿਫਟ ਚੱਕ ਦੂਗਾ, ਇਸ ਤੋਂ ਛੱਡ ਦੂਗਾ, ਇਸ ਤੋਂ ਲਿਫਟ ਚੱਕ ਦੂਗਾ, ਇਸ ਤੋਂ ਛੱਡ ਦੂਗਾ। ਇਹਦੇ ਨਾਲ ਕੀ ਹੈ, ਲਿਫਟ ਫੁੱਲ ਚੱਕਦਾ, ਸਾਰੀ ਲਿਫਟ ਚੱਕ ਦੂਗਾ, ਸਾਰੀ ਆਪਾਂ ਚੱਕਣੀ ਨਹੀਂ ਹੁੰਦੀ, ਸਾਰੀ ਚੱਕਣੀ ਨਹੀਂ, ਆਪਾਂ ਜ਼ਮੀਨ ਤੋਂ ਚੱਕਣੀ ਹੈ 1 ਫੁੱਟ ਜਾਂ 1.5 ਫੁੱਟ ਲਾਸਟ, ਅਤੇ ਉਹਦੇ ਲਈ ਇੱਕ ਪਿੱਛੇ ਬਟਨ ਦਿੱਤਾ ਹੋਇਆ। ਆਹ ਬਟਨ ਦਿੱਤਾ ਹੋਇਆ, ਇਸ ਨੂੰ ਆਪਾਂ ਜਿੰਨਾ ਖੋਲ੍ਹਾਂਗੇ ਢਿੱਲਾ ਕਰਾਂਗੇ, ਉਨੀ ਸਿਰਫ ਇਸ ਬਟਨ ਨਾਲ ਲਿਫਟ ਘੱਟ ਚੱਕੂਗਾ, ਸਿਰਫ ਇਸ ਬਟਨ ਨਾਲ ਸੰਬੰਧ ਹੈ ਇਹਦਾ। ਠੀਕ ਹੈ, ਲੀਵਰ ਨਾਲ ਤਾਂ ਫੁੱਲ ਚੱਕਣੀ ਚੱਕਣੀ ਹੈ, ਸਿਰਫ ਜਿੰਨਾ ਇਹਨੂੰ ਖੋਲ੍ਹਾਂਗੇ ਉਨੀ ਇਹਦੇ ਨਾਲ ਲਿਫਟ ਘੱਟ ਚੱਕੂਗਾ। ਠੀਕ ਹੈ, ਹੁਣ ਅੱਗੇ ਆ ਜਾਓ। ਹੁਣ ਇੱਥੋਂ ਸੈੱਟ ਕਰ ਲਿਆ ਆਪਾਂ, ਆਹ ਚੀਜ਼ ਚਲਾ ਲਿਆ, ਹੁਣ ਇਹਦੇ ਹੈਗੇ ਆਹ 4 ਪੁਆਇੰਟ ਦਿੱਤੇ ਹੋਏ, 1, 2, 3 ਅਤੇ 1 ਦੇ ਵਿੱਚ ਹੈਗਾ 4। ਇਹ ਸੈਂਸਿੰਗ ਬਟਨ ਹੈ, ਜਿਵੇਂ ਫੁੱਲ ਉੱਪਰ ਉੱਪਰ ਹੈ, ਜਿੱਥੇ ਫੁੱਲ ਪੱਕੀ ਜ਼ਮੀਨ ਵਾਹੁਣੀ ਹੈ,
थले कर देंगे थोड़ी कच्ची होर कच्ची फुल टिब्बे ये जो टाप लिंक धड़कती नहीं होंगी खड़ 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 इतने कर देंगे तो टाप लिंक धड़कूगी। बाकी इनू सही दो नंबर पर रख लो, कोई भी ट्रैक्टर कोई भी जमीन है दो नंबर पर रख लो, टाप लिंक भी नहीं धकते तो आह भी अपना कंट्रोल भी सही करूगा। तो उस तो बाद आ गया एक बड़ा वाल, ये निशान दिता हुआ माइनस प्लस का, इनू आप फुल प्लस कन्ने करके रखना है क्योंकि लिविट चक्कण की और सीटन की एद ही कम है सारा, क्योंकि जो इनू माइनस कन्नी कर देंगे इन जो आप सारा माइनस कन्नी कर देंगे लिविट चाहे अपनी फुल चक्की है पीली लीवर नाल लाल लीवर थले है, जे लिविट थले सीटीए तो लिविट थले नहीं सड़ता है, ये लिविट बन्नी गई ता करके इनू आप प्लस कन्नी करना। आह बाल भी आप खुला रखना, यह ट्राली वाला बाल अजक ट्रैक्टर के डबल डिस्ट्रीब्यूटर आने लग गए, इसनों आप इन्ना कम नहीं लेंगे, जो डबल डिस्ट्रीब्यूटर नहीं आते उदो आप इनू कस के ट्राली चका लेंगे भी लिंक ना चके, हुण तां इहदी जरूरत ही नहीं पैंदी डबल डिस्ट्रीब्यूटर आ गए, इनू भी आप खुले ही रखना। इन्नी लिविट की सैटिंग है, हुण तुहानूं मैं टायरां की और तोतियां की दिखा दिंदा भी की आप सैटिंग करनी होंदी है। वीडियो दे विच चलदा वे इक ट्रैक्टर भी इहदे च पानी है, ये तां ज्यादा करदा है, इहदे च कुछ पानी नहीं गा, आपां हवा इहदे च एक बारी होर चैक करा दिंदा, पहलां भी चैक करवाई है, इहदे च पानी है बस, तोते लिविट चक के टायर थोड़े थोड़े लफण, इन्नी आपां हवा रखनी है इहदे च। हैलो टाप लिंक आप टाइट कर दें, कई बार अगला कहता टाप लिंक खोल के चलाता, अगले लगते नहीं पिछे वाले लगते नहीं, हम जमा सीधे पे जाते ठीक है। और आप ट्रैक्टर ज्यादा ओवर रेस भी नहीं चलाते, छोटा गेयर ला के स्लो रेस रखा, तो कंट्रोल ही दिखा भी कंट्रोल सही करता कि नहीं करता, जिमें ट्रैक्टर स्लिप मारद पिछों नीवा हों टाप लिंक झटका मारती है, लिफ्ट आपे ऐटोमैटिक कम करती है, चीज़ देखो अरे करती है, कई बार अगला कह दिता टाप लिंक खोल के अगे वाले हल लगते नहीं पिछे वाले लगते हैं, टाप लिंक आप थोड़ी करती थोड़े गेयर तो स्लो चलाने आप चला करके ट्रैक्टर चली सैटिंग है जी, ये थोड़ा जहा बाहन गिला है क्योंकि मीह पै गया कल परसों, ता करके ट्रैक्टर वह पकड़ बनाई नहीं आता, आप कणक वाले बांह च चल के वेखते हो सकता ट्रैक्टर उतो अगो चक्या जाए जिमें आप वीडियो देखा तुम्हें, हम आह सैटिंग इन्नी सैटिंग करके चलाओ सेम आही पोजिशन से थोड़ा ट्रैक्टर चलना है, अगे पोला आता है देखते हो सकता ट्रैक्टर अगो चक के इतों निकल जाए।
ਇਹਨੂੰ ਆਪਣਾ ਜਿੱਥੇ ਟਰੈਕਟਰ ਆਪਣਾ ਸਹੀ ਚੱਲੇ ਉੱਥੇ ਛੱਡ ਦੇਣਾ। ਰੇਸ ਵੀ ਕੋਈ ਜ਼ਿਆਦਾ ਨਹੀਂ ਕੀਤੀ ਆਪਾਂ, 12-13 ਤੋਂ ਰੇਸ ਆ।